ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਜਿਹਦੇ ਬਹੁਤ ਹੀ ਵੱਡੀ ਕੁਰਬਾਨੀ ਹੈ। ਹਰੇਕ ਸਾਲ ਦੀ ਤਰ੍ਹਾਂ ਪਿਛਲੇ ਬਹੁਤ ਲੰਮੇ ਸਮੇਂ ਤੋਂ ਇਸ ਵਾਰ ਵੀ 26, 27, 28 ਨੂੰ ਜਿਹੜਾ ਸ਼ਹੀਦੀ ਜੋੜ ਵੇਲਾ ਆ ਰਿਹਾ, ਬਹੁਤ ਦੂਰ ਦੁਰਾਡੇ ਤੋਂ ਜਿਹੜੀਆਂ ਸੰਗਤਾਂ ਨੇ ਉਹ ਤਿਆਗ ਕੇ ਨਤਮਸਤਕ ਹੁੰਦੀਆਂ ਨੇ। ਮੈਂ ਸੰਗਤਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ, ਔਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੇ ਕਾਰਨਾਮੇ ਕਰਕੇ ਦਿਖਾਏ ਨੇ, ਸਾਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ। ਔਰ ਜਿਹਨੇ ਮੇਰੇ ਸੱਜਣਾਂ ਨੇ ਅੱਜ ਤੱਕ ਅੰਮ੍ਰਿਤਪਾਨ ਨਹੀਂ ਕੀਤਾ ਔਰ ਸਿੱਖ ਕੌਮ ਨਾਲ ਲਟੇਸ਼ਨ ਨੇ, ਉਹਨਾਂ ਨੂੰ ਅੰਮ੍ਰਿਤਪਾਨ ਕਰ ਲੈਣਾ ਚਾਹੀਦਾ। ਕਿਉਂਕਿ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਸਿੱਖ ਕੌਮ ਲਈ ਵਾਰ ਦਿੱਤਾ ਤਾਂ ਸਾਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ। ਅਸੀਂ ਇਹ ਜਿਹੜਾ ਹਫ਼ਤਾ ਹੁਣ 20 ਤਰੀਕ ਤੋਂ ਸ਼ੁਰੂ ਹੋ ਜਾਣਾ, ਔਰ ਉਸ ਤੋਂ ਅੱਜ ਤੱਕ 30 ਤਰੀਕ ਤੱਕ ਜਿਹੜਾ ਇਹ ਸੋਕ ਮਈ ਆ ਜਿਹੜਾ ਹਫ਼ਤਾ ਹੈ ਉਹ ਆਉਣਾ। ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਖੁਸ਼ੀ ਦੇ ਕੰਮ ਕਰਨੇ ਚਾਹੀਦੇ ਨੇ, ਵਿਆਹ ਸ਼ਾਦੀਆਂ ਤੋਂ ਦੂਰ ਰਹਿਣਾ ਚਾਹੀਦਾ। ਜਿਹੜੇ ਮੇਰੇ ਵੀਰ ਦੂਰ ਦੁਰਾਡੇ ਤੋਂ ਆ ਕੇ ਉੱਥੇ ਲੰਗਰ ਲਾਉਂਦੇ ਨੇ ਸੰਗਤਾਂ ਲਈ, ਉਹਨਾਂ ਨੂੰ ਵੀ ਇਹ ਮੇਰੀ ਬੇਨਤੀ ਹੈ ਕਿ ਇੱਕ ਤਾਂ ਉਹਨਾਂ ਲੰਗਰਾਂ ਦੇ ਵਿੱਚ ਲਾਊਡ ਸਪੀਕਰ ਬਿਲਕੁਲ ਹੀ ਜਿਹੜੇ ਉਹ ਬੰਦ ਕੀਤੇ ਜਾਣ, ਔਰ ਮਿੱਠੇ ਪਕਵਾਨ ਉਹ ਵੀ ਨਹੀਂ ਕਰਨੇ ਚਾਹੀਦੇ, ਆਪਾਂ ਨੂੰ ਸਿਰਫ ਸਾਦੇ ਲੰਗਰ ਲਾਉਣੇ ਚਾਹੀਦੇ ਨੇ। ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਆਉਂਦੀਆਂ ਨੇ, ਜਿੱਥੇ ਪੰਜਾਬ ਕੀ ਬਾਕੀ ਬਾਹਰਲੇ ਦੇਸ਼ਾਂ ਤੋਂ ਵੀ ਸੰਗਤ ਇੱਥੇ ਜਿਹੜੀ ਨਤਮਸਤਕ ਹੋਣ ਆਉਂਦੀ ਹੈ। ਸੋਗ ਮਈ ਜਿਹੜਾ ਉਹਨਾਂ ਦਾ ਹਫ਼ਤਾ ਹੈ ਉਹ ਮਨਾਉਣ ਵਾਸਤੇ ਇੱਥੇ ਆਉਂਦੇ ਨੇ। ਉਹ ਮੇਰੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਆਪਾਂ ਇਸ ਜਿਹੜੀਆਂ ਕੁਰਬਾਨੀਆਂ ਨੂੰ ਜਾਇਆ ਨਾ ਜਾਣ ਦਈਏ, ਅੰਮ੍ਰਿਤਪਾਨ ਕਰਕੇ ਸਿੰਘ ਸਜੀਏ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਣੀਏ।